अमृतसर के हल्का अटारी के दीन आते गांव बोहड़ू में ब्लॉक समिति के चुनाव में जीती बीबी कुलवंत कौर ने अपनी जीत को श्रोमणी अकाली दल के वर्करों की जीत करार दिया है। वही अकाली नेता हरजीत सिंह बोहड़ू गुरपाल सिंह बोहड़ू ने कहा कि गांव के लोगों ने जो मान सत्कार दिया है वह उसे हमेशा याद रखेंगे और जनता की मुश्किलों को बिना किसी भेदभाव के बाद सरकार के पास ले जाया जाएगा ताकि गांव की मुश्किलों को पहल के आधार पर पूरा किया जा सके। ਅੱਜ ਬੀਬੀ ਕੁਲਵੰਤ ਕੌਰ ਪਿੰਡ ਭੋੜੂ ਤੋਂ ਬਲਾਕ ਸੰਮਤੀ ਸੀ ਜ਼ਿਆਦਾ ਸੀ ਉਹ ਪਿੰਡ ਭੋੜੂ ਤੋਂ 500-300 ਅਤੇ ਕੋਈ 22 ਕੁ ਵੋਟਾਂ ਨਾਲ ਜੇਤੂ ਰਹੇ ਆ ਪਿੰਡ ਭੋੜੂ 'ਚ। ਇਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਉਹ ਜੋ ਸੀਟ ਜਿੱਤ ਕੇ ਸਰਦਾਰ ਆਪਣੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਜਿਹੜੇ ਸਾਡੇ ਅਤੇ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਸਾਹਿਬ ਜੋ ਸਾਡੇ ਹਲਕਾ ਵਿਧਾਇਕ ਨੇ ਜਿਨ੍ਹਾਂ ਰਹਿਮ ਰਾਈ ਹੇਠ ਸਾਨੂੰ ਇਹ ਸੀਟ ਦੀ ਦਿੱਤੀ ਗਈ ਸੀ ਅਸੀਂ ਉਹਨਾਂ ਜਿੱਤ ਕੇ ਉਹਨਾਂ ਝੋਲੀ। ਜਾਗਤੀ ਲਹਿਰ ਕੇ ਲੀਏ ਅੰਮ੍ਰਿਤਸਰ ਸੇ ਅਮਨ ਮਾਹਲ ਕੀ ਰਿਪੋਰਟ।